जिहड़ा कहिंदे टुकड़े टुकड़े गैंग जिहनूं भी जिहड़ा उहनां दी सरकार दे हक च हुंदा है उहनूं तां कहिंदे कि आ देश भगत है, जिहड़ा सरकार दे हक च नहीं हुंदा ਉਹਨੂੰ ਕਹਿੰਦੇ ਆ ਟੁਕੜੇ ਟੁਕੜੇ ਗੈਂਗ। ਸਹੀ ਮੈਨੇ ਤੇ ਅਸਲੀ ਟੁਕੜੇ ਟੁਕੜੇ ਗੈਂਗ ਬੀਜੇਪੀ ਹੈ। ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਅੱਜ ਇੱਕ ਬਹੁਤ ਹੀ ਅਹਿਮ ਸਟੇਟਮੈਂਟ ਦਿੱਤੀ ਹੈ ਔਰ ਉਹਨਾਂ ਨੇ ਸਿੱਧੇ ਸਿੱਧੇ ਤੌਰ ਦੇ ਉੱਤੇ ਬੀਜੇਪੀ ਉੱਤੇ ਇਹ ਦੋਸ਼ ਲਗਾ ਦਿੱਤਾ ਹੈ ਕਿ ਜਿਹੜੀ ਇਹ ਟੁਕੜੇ ਟੁਕੜੇ ਗੈਂਗ ਜਿਹੜੀ ਬਾਰ ਬਾਰ ਇਹ ਕਹਾਵਤ ਵਰਤੀ ਜਾ ਰਹੀ ਹੈ ਇਹ ਅਸਲ ਦੇ ਵਿੱਚ ਬੀਜੇਪੀ ਖੁਦ ਹੈ। ਉਹਨਾਂ ਨੇ ਇਹ ਹੋਰ ਦੋਸ਼ ਲਗਾਇਆ ਹੈ ਬੀਜੇਪੀ ਦੇ ਉੱਤੇ ਕਿ ਬੀਜੇਪੀ ਪੰਜਾਬ ਦੇ ਵਿੱਚ ਹਿੰਦੂ ਔਰ ਸਿੱਖ ਭਾਈਚਾਰਕ ਸਾਂਝ ਨੂੰ ਤੋੜਨਾ ਚਾਹੁੰਦੀ ਹੈ, ਖਤਮ ਕਰਨਾ ਚਾਹੁੰਦੀ ਹੈ। ਪੰਜਾਬ ਦੇ ਵਿੱਚ ਬਹੁਤ ਵੱਡਾ ਨੁਕਸਾਨ ਬੀਜੇਪੀ ਕਰਨ 'ਤੇ ਤੁਲੀ ਹੋਈ ਹੈ, ਇਹ ਕਹਿਣਾ ਹੈ ਸੁਖਵੀਰ ਸਿੰਘ ਬਾਦਲ ਦਾ। ਉਹੀ ਸੁਖਵੀਰ ਸਿੰਘ ਬਾਦਲ ਜਿਹੜੇ ਅੱਜ ਤੋਂ ਸਿਰਫ ਕੁਝ ਮਹੀਨੇ ਪਹਿਲਾਂ ਤੱਕ ਇਹ ਗੱਲ ਕਹਿ ਰਹੇ ਸੀ ਕਿ ਬੀਜੇਪੀ ਦਾ ਅਤੇ ਅਕਾਲੀ ਦਲ ਦਾ ਅਟੁੱਟ ਰਿਸ਼ਤਾ ਹੈ। ਉਹਨਾਂ ਦੇ ਪਿਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤਾਂ ਇਹ ਵੀ ਕਹਿੰਦੇ ਰਹੇ ਹੈ ਕਿ ਬੀਜੇਪੀ ਔਰ ਅਕਾਲੀ ਦਲ ਦਾ 9 ਮਾਸ ਦਾ ਰਿਸ਼ਤਾ ਹੈ, ਅਟੁੱਟ ਰਿਸ਼ਤਾ ਹੈ। ਐਸਾ ਕੀ ਕੁਝ ਹੋ ਗਿਆ ਕਿ ਕੁਝ ਹੀ ਮਹੀਨਿਆਂ ਦੇ ਵਿੱਚ ਅਕਾਲੀ ਦਲ NDA ਤੋਂ ਬਾਹਰ ਹੋਇਆ, ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਦਿੱਤਾ ਔਰ ਉਸ ਤੋਂ ਬਾਅਦ ਉਹੀ BJP ਔਰ ਉਹੀ ਅਕਾਲੀ ਦਲ ਹੁਣ ਅਮਨੋ ਸਾਹਮਣੇ ਸਿੱਧੇ ਇੱਕ ਦੂਜੇ ਦੇ ਆਣ ਖੜ੍ਹੇ ਹੋ ਗਏ ਹੈ। ਸੁਖਵੀਰ ਸਿੰਘ ਬਾਦਲ ਦੀ ਜਿਹੜੀ ਇਹ ਸਟੇਟਮੈਂਟ ਹੈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਵੀ ਹੈ ਔਰ ਗੰਭੀਰ ਵੀ ਹੈ। ਐਸਾ ਕੀ ਸਬੂਤ ਹੈ ਸੁਖਵੀਰ ਸਿੰਘ ਬਾਦਲ ਕੋਲ? ਉਹਨਾਂ ਨੂੰ ਕਿਉਂ ਲੱਗਦਾ ਹੈ ਕਿ ਅਕਾਲੀ ਦਲ ਇਸ ਵੇਲੇ ਇਸ ਪੁਜੀਸ਼ਨ 'ਚ ਆ ਗਿਆ ਹੈ ਕਿ ਉਹਨਾਂ ਨੂੰ ਖੁਦ ਖੁੱਲ੍ਹਮ ਖੁੱਲ੍ਹਾ BJP ਦੇ ਖਿਲਾਫ ਇਸ ਹੱਦ ਤੱਕ ਬਿਆਨਬਾਜ਼ੀ ਕਰਨ ਦੀ ਲੋੜ ਪੈ ਗਈ ਹੈ? ਐਸਾ ਕੀ ਸਬੂਤ ਹੈ ਉਹਨਾਂ ਦੇ ਕੋਲ ਕਿ ਪੰਜਾਬ ਦੇ ਵਿੱਚ BJP ਫਿਰਕੂ ਨਫ਼ਰਤ ਫੈਲਾ ਸਕਦੀ ਹੈ, ਹਿੰਸਾ ਫੈਲਾ ਸਕਦੀ ਹੈ, ਮੁੜ ਤੋਂ ਪੰਜਾਬ ਨੂੰ ਕਾਲੇ ਦੌਰ ਵਿੱਚ BJP ਲਿਜਾ ਸਕਦੀ ਹੈ? ਸਭ ਤੋਂ ਪਹਿਲਾਂ ਸੁਖਵੀਰ ਬਾਦਲ ਦੀ ਅੱਜ ਦੀ ਇਹ ਸਟੇਟਮੈਂਟ ਸੁਣਦੇ ਹਾਂ, ਦੇਖਦੇ ਹਾਂ, ਉਸ ਤੋਂ ਬਾਅਦ ਉੱਤੇ ਚਰਚਾ ਕਰਦੇ ਹਾਂ। ਆ ਇੱਕ ਜਜ਼ਬਾਤ ਹੈ ਪੰਜਾਬੀਆਂ ਦੇ ਤੇ ਦੇਸ਼ ਦੇ ਅੰਦਾਜ਼ਾ ਦੇ। ਆਪਾਂ ਨਾਰਾ ਕੀ ਹੁੰਦਾ ਸੀ, ਜੈ ਜਵਾਨ ਜੈ ਕਿਸਾਨ। ਹੁਣ ਜਵਾਨ ਵੀ ਅੰਦੋਲਨ 'ਚ ਆ ਗਿਆ ਅਤੇ ਕਿਸਾਨ ਵੀ ਆ ਗਿਆ, ਇਹ ਤੋਂ ਵੱਧ ਕੀ ਚਾਹੀਦਾ ਤੁਹਾਨੂੰ? BJP ਸਰਕਾਰ ਆਪਣੇ ਹੰਕਾਰੀ ਐਟੀਟਿਊਡ ਤੋਂ ਪਿੱਛੇ ਹਟ ਕੇ ਉਹਨਾਂ ਨੂੰ ਗੱਲ ਸੁਣਨੀ ਚਾਹੀਦੀ ਹੈ। ਜਿਹੜੇ ਲੋਕਾਂ ਨੇ ਕਾਨੂੰਨ ਬਣਾਇਆ ਉਹਨਾਂ ਨੇ ਜ਼ਿੰਦਗੀ 'ਚ ਖੇਤੀ ਕੀਤੀ ਨਹੀਂ। ਸੈਂਟਰ ਦੀ ਮੋਦੀ ਸਰਕਾਰ ਅਫਸਰਾਂ ਤੇ ਕਹਿ ਤੇ ਉਹ ਚੱਲ ਰਹੀ ਹੈ ਤੇ ਅਫਸੋਸ ਇਸ ਗੱਲ ਦਾ ਕਿ ਹੁਣ ਦੇਸ਼ ਨੂੰ ਤੇ ਸੂਬੇ ਨੂੰ ਧਰਮ ਤੇ ਪਾਉਣ ਦੀ ਕੋਸ਼ਿਸ਼ ਕਰੀ ਹੈ। ਜਿਹੜਾ ਕਹਿੰਦੇ ਆ ਟੁਕੜੇ ਟੁਕੜੇ ਗੈਂਗ ਜਿਹਨੂੰ ਵੀ ਜਿਹੜਾ ਉਹਨਾਂ ਦੀ ਸਰਕਾਰ ਦੇ ਹੱਕ 'ਚ ਹੁੰਦਾ ਹੈ ਉਹਨੂੰ ਤਾਂ ਕਹਿੰਦੇ ਕਿ ਆ ਦੇਸ਼ ਭਗਤ ਹੈ, ਜਿਹੜਾ ਸਰਕਾਰ ਦੇ ਹੱਕ 'ਚ ਨਹੀਂ ਹੁੰਦਾ ਉਹਨੂੰ ਕਹਿੰਦੇ ਆ ਟੁਕੜੇ ਟੁਕੜੇ ਗੈਂਗ। ਸਹੀ ਮੈਨੇ ਤੇ ਅਸਲੀ ਟੁਕੜੇ ਟੁਕੜੇ ਗੈਂਗ BJP ਹੈ। ਪਹਿਲੇ ਹਿੰਦੂ ਤੇ ਮੁਸਲਮਾਨ ਦੇ ਰਿਸ਼ਤੇ ਟੁਕੜੇ ਟੁਕੜੇ ਕੀਤੇ, ਹੁਣ ਜਾਣ ਕੇ ਪ੍ਰਚਾਰ ਕਰ ਰਹੇ ਹੈ ਕਿ ਹਿੰਦੂ ਤੇ ਸਿੱਖ ਵਿੱਚ ਪਾੜ ਪਾਉਣ ਦੀ ਕੋਸ਼ਿਸ਼ ਕਰ ਰਹੇ ਹੈ। ਸ਼੍ਰੋਮਣੀ ਅਕਾਲੀ ਦਲ ਕਿਤੇ ਬਰਦਾਸ਼ਤ ਨਹੀਂ ਕਰੇਗਾ। ਪੰਜਾਬ ਵਿੱਚ ਭਾਈਚਾਰਕ ਸਾਂਝ ਖਤਮ ਹੋਏ ਜੇ BJP ਕੋਸ਼ਿਸ਼ ਕਰੂਗੀ, ਹਰ ਕੁਰਬਾਨੀ ਸ਼੍ਰੋਮਣੀ ਅਕਾਲੀ ਦਲ ਦਊਗਾ। ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਜਾਨ ਹੈ। ਪੰਜਾਬ ਭਾਈਚਾਰਕ ਸਾਂਝ ਅਮਨ ਸ਼ਾਂਤੀ ਦੇ ਬਗੈਰ ਨਹੀਂ ਤਰੱਕੀ ਕਰ ਸਕਦਾ। ਮੈਂ ਚੇਤਾਵਨੀ ਦੇਣਾ ਚਾਹੁੰਦਾ BJP ਲੀਡਰਸ਼ਿਪ ਨੂੰ, ਛੋਟੀ ਗੱਲ ਪਿੱਛੇ ਤੁਸੀਂ ਭਰਾਵਾਂ ਨੂੰ ਨਾ ਲੜਾਓ। ਉਹ ਜਿਹੜੇ ਕਿਸਾਨ ਬੈਠੇ ਹੈ ਉਹ ਕਿਸਾਨ ਦੇਸ਼ ਭਗਤ ਹੈ, ਦੇਸ਼ ਉਹ ਕਿਸਾਨ ਉਹ ਹੈ ਜਿਨ੍ਹਾਂ ਨੇ ਆਪਣੇ ਬੱਚੇ ਸਰਹੱਦਾਂ 'ਤੇ ਦਿੱਤੇ ਆ ਦੇਸ਼ ਦੀ ਰੱਖਿਆ ਕਰਨ ਵਾਸਤੇ। ਤੁਸੀਂ ਦੇਖਿਆ ਇਸ ਸਟੇਟਮੈਂਟ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੇ ਕਿਸ ਤਰ੍ਹਾਂ ਸਿੱਧੇ ਸਿੱਧੇ ਤੌਰ ਦੇ ਉੱਤੇ ਹੁਣ ਖੁੱਲ੍ਹ ਕੇ
बीजेपी उत्ते दोष लगा दिता है। टुकड़े टुकड़े गैंग असल च शब्द आया कितों? इस साल फरवरी महीने यह सवाल संसद च भी पूछा गया, पर मानयोग मंत्री ने संसद विच खड़े होकर गल कही कि टुकड़े टुकड़े गैंग असल दे विच ना तो कोई ऑर्गनाइजेशन है, ना कोई ग्रुप है, ना कोई पार्टी है। तो फिर बार बार बीजेपी के लीडर टुकड़े टुकड़े गैंग शब्द का वरतों क्यों कर रहे हैं? हजे कल ही बीजेपी के सीनियर मंत्री रविशंकर प्रसाद ने भी दोष लाया सी कि किसान अंदोलन दिल्ली चल रहा है, ये असल दे विच टुकड़े टुकड़े गैंग की ही एक साजिश है। सो ये टुकड़े टुकड़े गैंग शब्द आया कितों? सुखबीर बादल ने मन लिया है कि जेड़ा कोई बीजेपी दे नाल तुरदा है वो देश भगत, पर जेड़ा कोई बीजेपी का विरोध करता है उस ते देश द्रोही का दोष लगा दिता जाता है, उसनू टुकड़े टुकड़े गैंग कह के भंडिया जाता है। सुखबीर बादल का जिहड़ा बयान है निश्चित तौर पर प्रधानमंत्री नरेंद्र मोदी, अमित शाह, बीजेपी नू कते ही पसंद नहीं आएगा। पर सुखबीर बादल एक गल मन रहे है कि बीजेपी किस हद तक जाके इस अंदोलन फेल कर सकती है, ना सिर्फ इस किसान अंदोलन फेल करन ते तुली हुई है बल्कि पंजाब दे विच आने वाले दिनों दे विच जे ये अंदोलन सफल हुंदा है जां असफल हुंदा है वो तो समा दसेगा, पर पंजाब दे विच बीजेपी कोई भी फिरकू खेड खेड के हिंदू और सिख भाईचारे नूं वंड के किसी भी हद तक जाके वोटां प्राप्त करन लई कोई भी हथकंडा अपना सकती है। पर हुण समझ ये गल सुखबीर बादल नूं क्यों आ रही है, ये है सब तो वड्डा सवाल। अज तो पहला जदों हर एक व्यक्ति ये गल कह रहा सी कि हिंदू मुसलमान नूं वंड के मुल्क दा बहुत वड्डा नुकसान किया जा रहा बीजेपी वल्लों, पोलराइज किया जा रहा वोट नूं, हुण सुखबीर बादल नूं ये गल समझ किवें आ गई? उदों समझ क्यों नहीं सी आ रही जदों सारा मुल्क ये गल कह रहा सी? पर देर आए दुरुस्त आए, अगर सचमुच ही सुखबीर बादल नूं हुण ये लगता है कि पहला बीजेपी ने हिंदू मुसलमान दे विच फुट पाई, वंड पाई, फिरकू नफरत बधाई, तो हुण यही फिरकू नफरत पंजाब च भी ये जिहड़ी खेड खेडी जा रही है। उन्हां ने मन्निया है कि अकाली दल बादल ये फिरकू खेड बीजेपी नूं खेड नहीं देगा, इस भाईचारक सांझ नूं नहीं तोड़न दिता जाएगा। पर की सुखबीर बादल बयानबाजी ही कर रहे हैं जां वाकई ही इस गल ते वो गंभीर भी हन? पर जो भी होवे अज दा उन्हां दा बयान सब तो ज़्यादा चर्चित रहा है भारत दे मीडिया दे विच। पर देखना होएगा बीजेपी जिन्हां उन्हां दा अटुट रिश्ता सी, बहुत गहरी ते गूढ़ी सांझ सी, वह हुण किस तरह रिएक्ट करदे है सुखबीर बादल दे इस सीरियस बयान उपर।